ਬੇਅਦਬੀ ਮਾਮਲਿਆਂ ਤੇ ਗੋਲੀਕਾਂਡ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੋਧੀਆਂ ਦੇ ਇੱਕ ਵਾਰ ਫਿਰ ਨਿਸ਼ਾਨੇ ਤੇ ਨੇ। ਹੁਣ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬਾਦਲ ਤੇ ਹਮਲਾ ਬੋਲਦੇ ਕਿਹਾ ਕਿ ਬਾਦਲ ਹੁਣ ਮੁੱਖ ਮੰਤਰੀ ਨਹੀਂ ਸਗੋਂ ਸਿਰਫ ਇੱਕ ਵਿਧਾਇਕ ਨੇ ਅਤੇ ਉਹ ਕਾਨੂੰਨ ਤੋਂ ਉੱਪਰ ਨਹੀਂ, ਇਸ ਲਈ ਕਾਨੂੰਨ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ। ਮੁੱਖ ਮੰਤਰੀ ਥੋੜੀ ਨਾ MLA ਨੇ, ਉਹ ਲੰਬੀ ਤੋਂ ਮੁੱਖ ਮੰਤਰੀ ਥੋੜੀ ਨੇ, ਸਾਬਕਾ ਨੇ ਨਾ, ਫਿਰ ਮੁੱਖ ਮੰਤਰੀ ਥੋੜੀ ਨੇ, ਉਹਨਾਂ ਨੂੰ ਜਾਣਾ ਪਊਗਾ ਕਾਨੂੰਨ ਸੰਤਰੀ ਵਾਸਤੇ ਤੇ ਮੰਤਰੀ ਵਾਸਤੇ ਵੀ ਇੱਕੋ ਹੀ ਹੈ। ਰਣਜੀਤ ਸਿੰਘ ਦੇ ਪੇਸ਼ ਨਹੀਂ ਹੋਏਗੇ, ਪਹਿਲਾਂ ਰਣਜੀਤ ਸਿੰਘ ਦੇ ਪੇਸ਼ ਨਹੀਂ ਹੋਏਗੇ ਜਸਟ, ਅਤੇ ਹੁਣ SIT ਦੇ ਮੂਹਰੇ ਪੇਸ਼ ਹੋਣ ਨੂੰ ਜਾ ਰਹੇ ਨੇ ਬਾਦਲ ਸਾਹਿਬ। ਕਾਨੂੰਨ ਹੈ ਜੀ, ਭਾਵੇਂ ਜੋ ਮਰਜ਼ੀ ਹੋ ਜਾਵੇ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਊਗਾ। ਬੇਅਦਬੀ ਦੀਆਂ ਰਿਪੋਰਟਾਂ ਦੇ ਵਿੱਚ ਜਸਟਿਸ ਰਣਜੀਤ ਸਿੰਘ ਨੇ ਉਹਨਾਂ ਦਾ ਨਾਮ ਲਿਆ, ਸੁਮੇਧ ਸੈਣੀ ਦਾ, ਹੋਮ ਮਿਨਿਸਟਰ ਉਸ ਵੇਲੇ ਸੀਗੇ ਆਪਣਾ ਸੁਖਬੀਰ ਬਾਦਲ, ਅਤੇ ਉਹ ਇਹ ਸਟੇਟ ਦੇ ਹੈੱਡ ਸੀਗੇ। ਇਹਦਾ ਮਤਲਬ ਨਹੀਂ ਹੈਗਾ ਕਿ ਮੈਂ ਨਹੀਂ ਪੇਸ਼ ਹੁੰਦਾ ਕਿਉਂਕਿ ਮੈਂ ਮੁੱਖ ਮੰਤਰੀ ਰਿਹਾ। ਮੁੱਖ ਮੰਤਰੀ ਹੈ ਨਹੀਂ ਉਹ, ਉਹਨਾਂ ਨੂੰ ਥੋੜ੍ਹਾ ਜਿਹਾ ਧਰਤੀ 'ਤੇ ਆਉਣਾ ਪਊਗਾ ਬਾਦਲ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਉਹਨਾਂ ਦੇ ਅੰਗ, ਗੁਰੂ ਗ੍ਰੰਥ ਸਾਹਿਬ ਦੇ ਅੰਗ ਜਦੋਂ ਰੂੜੀਆਂ 'ਤੇ ਰੁਲ ਰਹੇ ਸੀ ਉਦੋਂ ਕੌਣ ਸੀ ਰਾਜਨੀਤੀ 'ਚ? ਉਦੋਂ ਇਹ ਆਪ ਹੀ ਸੀ। ਹੁਣ ਸਾਹਮਣਾ ਕਰੋ ਕਾਨੂੰਨ ਦਾ, ਫਿਰ ਕਾਨੂੰਨ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮੈਨੂੰ ਆਹ ਨਹੀਂ ਬੁਲਾ ਸਕਦਾ, ਮੈਨੂੰ ਆਹ ਬੁਲਾ ਸਕਦਾ। ਸਵਰਾਜ ਦੇ ਅਧੀਨ ਇੱਕੋ ਹੀ ਕਾਨੂੰਨ ਹੈ, ਮੰਤਰੀ ਅਤੇ ਸੰਤਰੀ ਦੋਨਾਂ ਵਾਸਤੇ ਇੱਕੋ, ਭਾਵੇਂ ਪ੍ਰਧਾਨ ਮੰਤਰੀ ਹੈ ਕੋਈ, ਕਾਨੂੰਨ ਦਾ ਸਾਹਮਣਾ ਤਾਂ ਕਾਨੂੰਨ ਕਿਸੇ ਅਹੁਦੇ ਮੁਤਾਬਕ ਥੋੜ੍ਹੀ ਹੁੰਦਾ, ਕਾਨੂੰਨ ਭਾਰਤ ਦਾ ਕਾਨੂੰਨ ਹੈ। ਡਾਕਟਰ ਅੰਬੇਦਕਰ ਦਾ ਜ਼ਿਕਰ ਖਾਸ ਹੈ ਕਿ ਬੀਤੇ ਦਿਨੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਟ ਸਾਹਮਣੇ ਪੇਸ਼ ਹੋਣ ਤੋਂ ਬਾਅਦ ਆਖਿਆ ਸੀ ਕਿ ਉਹਨਾਂ ਸਿੱਟ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਹਾਲਾਂਕਿ ਹੋਣਾ ਤਾਂ ਉਹੀ ਹੈ ਜੋ ਕੈਪਟਨ ਨੇ ਕਹਿਣਾ। ਉਧਰ ਸਿੱਟ ਸਾਹਮਣੇ ਪੇਸ਼ੀ ਤੋਂ ਬਾਅਦ ਵਿਰੋਧੀ ਫਿਰ ਬਾਦਲ ਨੂੰ ਆਪਣੇ ਨਿਸ਼ਾਨੇ 'ਤੇ ਲੈ ਰਹੇ ਨੇ। ਬਿਊਰੋ ਰਿਪੋਰਟ, ਸਪੋਕਸਮੈਨ TV।